ਸਤਿ ਸ਼੍ਰੀ ਅਕਾਲ ਜੀ। ਪੰਜਾਬ ਹਰਿਆਣਾ ਹਿਮਾਚਲ ਵੇਖ ਰਹੇ ਦੇਸ਼ ਦੁਨੀਆ 'ਚ ਬੈਠੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਔਰ ਲਗਾਤਾਰ ਅਸੀਂ ਇੱਕੋ ਅਪੀਲ ਕਰ ਰਹੇ ਹਾਂ ਕਿ ਤੰਦਰੁਸਤੀ ਦੇ ਨਾਲ ਮੰਦਰੁਸਤੀ ਦਾ ਖਿਆਲ ਜ਼ਰੂਰ ਰੱਖਿਆ ਜਾਵੇ, ਚੜ੍ਹਦੀ ਕਲਾ ਦੇ ਵਿੱਚ ਰਿਹਾ ਜਾਵੇ, ਹਲਕੀ ਫੁਲਕੀ ਢਿੱਲ ਮੱਠ ਤੋਂ ਬਿਲਕੁਲ ਨਹੀਂ ਘਬਰਾਉਣਾ ਚਾਹੀਦਾ। ਅਸੀਂ ਤੁਹਾਡੇ ਨਾਲ ਲਗਾਤਾਰ ਬਣੇ ਹੋਏ ਹਾਂ, ਸਾਨੂੰ ਉਹਨਾਂ ਲੋਕਾਂ ਨੂੰ ਵੇਖਣਾ ਚਾਹੀਦਾ ਜੋ ਸਾਡੇ ਲਈ ਨਿਰੰਤਰ ਜਿਹੜਾ ਹੈ ਫਰੰਟ ਫੁੱਟ 'ਤੇ ਕੰਮ ਕਰ ਰਹੇ ਹੈ, ਚਾਹੇ ਉਹ ਪੁਲਿਸ ਵਾਲੇ ਨੇ, ਚਾਹੇ ਸਿਹਤ ਵਾਲੇ ਨੇ ਜਾਂ ਸਫਾਈ ਵਾਲੇ ਨੇ, ਹਰ ਕੋਈ ਆਪੋ ਆਪਣੀ ਡਿਊਟੀ ਇਸ ਔਖੀ ਘੜੀ ਦੇ ਵਿੱਚ ਸਾਡੇ ਲਈ ਕਰ ਰਿਹਾ। ਔਰ ਸਾਡੀ ਡਿਊਟੀ ਇਹ ਬਣਦੀ ਹੈ ਕਿ ਅਸੀਂ ਉਹਨਾਂ ਦਾ ਸਾਥ ਦੇਈਏ, ਘਰਾਂ ਦੇ ਵਿੱਚ ਰਹੀਏ ਅਤੇ ਉਹਨਾਂ ਦੀ ਅਤੇ ਸਾਰੀ ਦੁਨੀਆ ਦੀ ਕਾਇਨਾਤ ਦੀ ਜਿਹੜੇ ਹੈ ਇਸ ਤਰੀਕੇ ਨਾਲ ਘਰੇ ਰਹਿ ਕੇ ਸੇਵਾ ਕਰੀਏ। ਔਰ ਜੀ ਪੰਜਾਬ ਹਰਿਆਣਾ ਹਿਮਾਚਲ ਦੀ ਮੁਸਲਸਲ ਇੱਕ ਕੋਸ਼ਿਸ਼ ਹੈ, ਇੱਕ ਉਪਰਾਲਾ ਹੈ ਕਿ ਹਰ ਤਰ੍ਹਾਂ ਦੀ ਖਬਰ ਦੇ ਅਪਡੇਟ ਦੇ ਨਾਲੋਂ ਨਾਲ ਤੁਹਾਡਾ ਜਿਨ੍ਹਾਂ ਲੋਕਾਂ ਨੂੰ ਤੁਸੀਂ ਪਸੰਦ ਕਰਦੇ ਹੋ, ਵੇਖਦੇ ਹੋ, ਜਾਂ ਜਿਹੜੇ ਲੋਕ ਤੁਹਾਡੇ ਰੋਲ ਮਾਡਲ ਨੇ, ਜਾਂ ਜਿਨ੍ਹਾਂ ਲੋਕਾਂ ਦੇ ਤੁਸੀਂ ਗੀਤ ਨੂੰ ਸੁਣਦੇ ਹੋ, ਸੰਗੀਤ ਨੂੰ ਸੁਣਦੇ ਹੋ, ਜਾਂ ਜਿਨ੍ਹਾਂ ਦੀ ਫਿਲਮ ਵੇਖਦੇ ਹੋ, ਸਿਨੇਮਾ ਨਾਲ ਜੁੜੀਆਂ ਹੋਈਆਂ ਹਸਤੀਆਂ ਨਾਲ ਵੀ ਤੁਹਾਡਾ ਰੂਬਰੂ ਕਰਵਾ ਰਹੇ ਹਾਂ। ਔਰ ਇਸ ਸਮੇਂ ਸਾਡੇ ਨਾਲ ਜੁੜ ਰਹੇ ਨੇ ਪੰਜਾਬੀ ਗਾਇਕ ਕਲਾਕਾਰ ਪ੍ਰੀਤ ਹਰਪਾਲ। ਪ੍ਰੀਤ ਹਰਪਾਲ ਜੀ, ਤੁਹਾਡਾ ਸਵਾਗਤ ਹੈ ਜੀ ਪੰਜਾਬ ਹਰਿਆਣਾ ਹਿਮਾਚਲ ਤੇ। ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਸਭ ਤੋਂ ਪਹਿਲਾਂ ਇਸ ਚੈਨਲ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ। ਪ੍ਰੀਤ ਹਰਪਾਲ ਜੀ, ਕਿਵੇਂ ਹੋ, ਸਮਾਂ ਕਿਵੇਂ ਬੀਤ ਰਿਹਾ ਹੈ ਤੇ ਇਸ ਮੌਕੇ ਦੇ ਉੱਤੇ ਕਿਸ ਤਰੀਕੇ ਦੇ ਰੁਝੇਵੇਂ ਨੇ? ਰੁਝੇਵੇਂ ਤਾਂ ਕੀ ਹੋਣਗੇ ਜੀ, ਸਵੇਰੇ ਉੱਠੀ ਦਾ ਬਸ ਥੋੜਾ ਵਰਜਿਸ਼ ਕਰ ਲਈ, ਉਸ ਤੋਂ ਬਾਅਦ ਥੋੜਾ ਰਿਆਜ਼ ਕਰ ਲਿਆ, ਕੁਛ ਦਿਮਾਗ 'ਚ ਆਇਆ ਤਾਂ ਲਿਖ ਲਿਆ, ਫਿਰ ਸੌਂ ਲਿਆ। ਅੱਜ ਕੱਲ੍ਹ ਉਹ ਇੱਕ ਟ੍ਰੋਲ ਬੜਾ ਫੇਮਸ ਹੋ ਰਿਹਾ ਨਾ ਕਿ ਟਾਈਮ ਨਾਲ ਸੌਣਾ ਯਾਰ, ਸ਼ਾਮ ਨੂੰ ਸਵੇਰੇ ਫਿਰ ਉੱਠ ਕੇ ਸੌਣਾ, ਤੇ ਰੁਟੀਨ ਤਾਂ ਬੇਸਿਕਲੀ ਉਹੀ ਬਣੀ ਹੋਈ ਆ। ਤੇ ਬਾਕੀ ਫੈਮਿਲੀ ਦੇ ਨਾਲ ਇੰਜੋਏ ਕਰ ਰਿਹਾ ਔਖੀ ਘੜੀ ਨੂੰ ਵੀ, ਕੀ ਕਹਿ ਲਓ, ਜੇ ਔਖੀ ਘੜੀ ਆ ਤਾਂ ਫਿਰ ਤੁਸੀਂ ਸਾਰੇ ਮਿਲ ਜੁਲ ਕੇ ਜਦੋਂ ਆਪਣੇ ਦੁੱਖ ਸੁੱਖ ਸਾਂਝੇ ਕਰਦੇ ਹੋ ਫੈਮਿਲੀ ਦੇ ਨਾਲ, ਤਾਂ ਮੈਨੂੰ ਲੱਗਦਾ ਕਿ ਉਹ ਕੁਛ ਚੀਜ਼ਾਂ ਜਿਹੜੀਆਂ ਨੇ ਉਹ ਮਾਇੰਡ 'ਚੋਂ ਨਿਕਲ ਜਾਂਦੀਆਂ ਨੇ। ਸੋ ਇਹੀ ਇੱਕ ਬਣਿਆ ਹੋਇਆ ਰੁਟੀਨ ਰੋਜ਼ ਦਾ, ਹੁਣ 16-17 ਦਿਨ ਹੋ ਗਿਆ ਤੇ ਬੈਠੇ ਹਾਂ ਘਰੇ ਜੀ। ਅੱਛਾ, ਜਿੰਨਾ ਕੁ ਮੈਂ ਜਾਣਦਾ ਪ੍ਰੀਤ ਹਰਪਾਲ ਗਾਉਣ ਦੇ ਨਾਲੋਂ ਨਾਲ ਲਿਖਣ ਦਾ ਵੀ ਸ਼ੌਕ ਰੱਖਦੇ ਆ, ਕੋਈ ਨਵੇਂ ਖਿਆਲ, ਕੋਈ ਨਵੇਂ ਵਲਵਲੇ ਇਸ ਦਰਮਿਆਨ ਕੋਈ ਆਏ ਹੋਣ, ਕੋਈ ਉਸ ਦੀ ਸਾਂਝ ਪਾਉਣੀ ਚਾਹੁੰਦੇ ਹੋਵੋ? ਪਿੱਛੇ ਜੀ ਮੈਂ ਇੱਕ ਸੋਸ਼ਲ ਮੀਡੀਆ ਤੇ ਕੀਤਾ ਸੀਗਾ ਸ਼ੇਅਰ ਸਾਰਿਆਂ ਨਾਲ, ਕਾਫੀ ਲੋਕਾਂ ਨੇ ਅਪਰੀਸ਼ੀਏਟ ਕੀਤਾ ਸੀ, ਉਹ ਮੈਂ ਥੋੜੀ ਨਜ਼ਰ ਕਰਦਾ ਜੀ। ਵਾਹ ਰੰਗੀਆ ਤੇਰੇ ਰੰਗ, ਵਾਹ ਰੰਗੀਆ ਤੇਰੇ ਰੰਗ, ਪੰਛੀਆਂ ਨੂੰ ਪਿੰਜਰੇ ਤਾੜਨ ਵਾਲਾ ਅੱਜ ਖੁਦ ਪਿੰਜਰੇ ਵਿੱਚ ਬੰਦ, ਵਾਹ ਰੰਗੀਆ ਤੇਰੇ ਰੰਗ, ਮੰਦਰ ਮਸੀਤਾਂ ਢਾਉਣ ਵਾਲਿਓ ਰਾਮ ਹੋ ਗਿਆ ਗੁੱਸੇ, ਮੰਦਰ ਮਸੀਤਾਂ ਢਾਉਣ ਵਾਲਿਓ ਰਾਮ ਹੋ ਗਿਆ ਗੁੱਸੇ, ਸੜਕਾਂ ਤੇ ਬੰਦਾ ਦਿਸਦਾ ਹੀ ਨਹੀਂ ਕੋਈ, ਰਾਜ ਕਰਿੰਦੇ ਕੁੱਤੇ, ਮਾਂ ਵਾਹ ਮੇਰੇ ਵਾਹਿਗੁਰੂ ਤੇਰੀਆਂ ਮੌਜਾਂ, ਵਾਹ ਮੇਰੇ ਵਾਹਿਗੁਰੂ ਤੇਰੀਆਂ ਮੌਜਾਂ, ਵਾਹ ਅੱਲਾ ਤੇਰੇ ਟੰਗ, ਵਾਹ ਰੰਗੀਆ ਤੇਰੇ ਰੰਗ। ਕਿਆ ਬਾਤ ਹੈ, ਬਹੁਤ ਖੂਬ। ਵੈਸੇ ਇੱਕ ਗੱਲ ਹੈ, ਮੈਂ ਜਿੰਨੇ ਵੀ ਫਨਕਾਰ ਅਦਾਕਾਰ ਕਲਾਕਾਰ ਸਾਡੇ ਨਾਲ ਗੱਲਬਾਤ ਕਰ ਰਹੇ ਆ, ਮੈਂ ਲਗਾਤਾਰ ਇੱਕ ਗੱਲ ਹਰੇਕ ਨੂੰ ਕਹਿੰਦਾ ਹੁੰਦਾ ਕਿ ਉਸ ਕਾਦਰ ਦੀ ਕਚਹਿਰੀ ਦੇ ਵਿੱਚ ਕਿਸੇ ਚੀਜ਼ ਦਾ ਲਕੋ ਨਹੀਂ, ਕੋਈ ਝੂਠ ਨਹੀਂ ਚੱਲਦਾ, ਕੋਈ ਫਰੇਬ ਨਹੀਂ ਚੱਲਦਾ, ਕੋਈ ਛਲ ਕਪਟ ਨਹੀਂ ਹੋ ਸਕਦਾ। ਯਾਨੀ ਕਿ ਇਹ ਜੋ ਸਮਾਂ ਹੈ, ਠੀਕ ਹੈ ਸੰਕਟ ਦੀ ਔਖੀ ਘੜੀ ਹੈ, ਪਰ ਇਹ ਕੁਦਰਤ ਨੇ ਇੱਕ ਪਾਸਾ ਕਰਕੇ ਦਿਖਾ ਦਿੱਤਾ, ਜੇ ਤੁਸੀਂ ਨਹੀਂ ਮੰਨਦੇ ਤਾਂ ਫਿਰ ਮੈਂ ਇਸ ਤਰੀਕੇ ਨਾਲ ਮਨਾਉਣ ਜਾਣਦੀ ਹਾਂ। ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਜੀ, ਮੈਂ ਇੱਕ ਦੋ ਚੈਨਲਸ ਤੇ ਪਹਿਲਾਂ ਵੀ ਗੱਲ ਕਰ ਹਟਿਆ ਕਿ ਸ਼ਾਇਦ ਸਾਨੂੰ ਇੱਕ ਝਟਕਾ ਦਿੱਤਾ ਮਹਾਰਾਜ ਨੇ, ਔਰ ਇਨਸਾਨ ਨੂੰ ਕਿਹਾ ਕਿ ਹਲੇ ਵੀ ਬੰਦਾ ਬਣ ਜਾ, ਜੇ ਤੂੰ ਬੰਦਾ ਨਹੀਂ ਬਣਦਾ ਫਿਰ ਮੈਂ ਹੋਰ ਵੀ ਬਹੁਤ ਕੁਛ ਕਰ ਸਕਦਾ। ਸੋ ਕੁਦਰਤ ਜਿਹੜੀ ਹੈ ਉਹ ਤੁਹਾਨੂੰ ਪਤਾ ਉਹਨੇ ਸਾਰਿਆਂ ਨੂੰ ਸਾਨੂੰ ਸਿਰਜਿਆ, ਸੋ ਜੇ ਅਸੀਂ ਉਹਦੇ ਨਾਲ ਹੀ ਝੂਠ ਬੋਲਾਂਗੇ, ਉਹਦੇ ਨਾਲ ਧੱਕਾ ਕਰਾਂਗੇ ਜਾਂ ਉਹਦੇ ਨਾਲ ਛੇੜਖਾਨੀ ਕਰਾਂਗੇ, ਸੋ ਉਹਦੀ ਸਜ਼ਾ ਲਈ ਵੀ ਸਾਨੂੰ ਰੈਡੀ ਰਹਿਣਾ ਪੈਣਾ। ਔਰ ਤੁਸੀਂ ਦੇਖੋ ਕਿ ਅੱਜ ਪੂਰਾ ਵਰਲਡ ਮੁਸੀਬਤ ਦੇ ਵਿੱਚ ਹੈ, ਔਰ ਆਪਣੇ ਘਰਾਂ 'ਚ ਬੈਠਾ, ਜਿਸ ਘਰ ਨੂੰ ਬਣਾਉਣ ਵਾਸਤੇ ਅਸੀਂ ਸਾਰੇ ਲੋਕ 100 ਝੂਠ ਬੋਲਦੇ ਹਾਂ, 100
100 ਚੀਜ਼ਾਂ ਇਦਾਂ ਦੀਆਂ ਹੁੰਦੀਆਂ, ਮਿਹਨਤ ਕਰੀਦੀ ਆ ਸਵੇਰੇ ਸ਼ਾਮੀ, ਦੌੜੇ ਭੱਜੇ ਫਿਰਦੇ ਆ। ਔਰ ਅੱਜ ਉਹ ਘਰ ਦੀਆਂ ਕੰਧਾਂ ਜਿਹੜੀਆਂ ਐਂ ਲੱਗ ਰਹੀਆਂ ਵੀ ਜਿਵੇਂ ਜੇਲ੍ਹ ਵਾਂਗੂ ਹੋ ਗਏ ਆ। ਲੋਕਾਂ ਨੂੰ ਐਂ ਹੁੰਦਾ ਯਾਰ ਕਿਤੇ ਬਾਹਰ ਜਾਈਏ, ਕੰਮ ਕਰੀਏ ਜਾ ਕੇ ਆਪਣੇ ਕਾਰੋਬਾਰਾਂ ਤੇ ਬੈਠੀਏ। ਸੋ ਹਰ ਚੀਜ਼ ਜਿਹੜੀ ਆ ਉਹ ਮਹਾਰਾਜ ਸਮਝਾ ਰਿਹਾ ਆਪਣੇ ਤਰੀਕੇ ਨਾਲ, ਪਰ ਲੋਕ ਹਲੇ ਸਮਝਦੇ ਨਹੀਂ, ਸ਼ਾਇਦ ਇਸ ਵਾਰੀ ਇਸ ਝਟਕੇ ਦੇ ਨਾਲ ਸਮਝਣ। ਅੱਛਾ, ਮਹਿਸੂਸ ਕਰਦੇ ਹੋ ਕਿ ਸਾਨੂੰ ਇਸ ਵੇਲੇ ਜਿਵੇਂ ਅਸੀਂ ਘਰਾਂ ਦੇ ਵਿੱਚ ਬੰਨੇ ਬੈਠੇ ਹਾਂ, ਸਾਨੂੰ ਘਰੇ ਹੀ ਰਹਿਣਾ ਪਏਗਾ, ਸਭ ਤੋਂ ਵੱਡੀ ਵੈਕਸੀਨੇਸ਼ਨ ਇਹੀ ਹੈ, ਸਭ ਤੋਂ ਵੱਡਾ ਇਲਾਜ ਇਹ ਹੈ ਕਿ ਅਸੀਂ ਘਰਾਂ ਦੇ ਵਿੱਚ ਬਹਿਣਾ, ਕਿ ਇਸ ਮੌਕੇ ਸਾਨੂੰ ਕੋਈ ਪ੍ਰਣ ਲੈਣਾ ਚਾਹੀਦਾ, ਕੋਈ ਵਚਨ ਆਪਣੇ ਆਪ ਦੇ ਨਾਲ ਲੈਣਾ ਚਾਹੀਦਾ? ਸਾਨੂੰ ਇੱਕ ਸ਼ੀਸ਼ਾ ਤਾਂ ਦਿਖ ਰਿਹਾ ਕਿ ਅਸੀਂ ਪਿਛਲੀ ਇੱਕ ਸਦੀ ਦੇ ਵਿੱਚ ਕਿੰਨਾ ਗੰਦ ਪਾ ਦਿੱਤਾ, ਕਿੰਨਾ ਕੁਝ ਪਲੀਤ ਕਰ ਦਿੱਤਾ, ਤੇ ਲੱਗਦਾ ਨਹੀਂ ਕੋਈ ਕਿਰਪਾਲ ਨੂੰ ਕੀ ਸੋਚਦੇ ਆ ਵੀ ਕਿਹੋ ਜਿਹਾ ਵਚਨ ਇਨਸਾਨ ਨੂੰ ਆਪਣੇ ਆਪ ਨਾਲ ਹਰ ਕਿਸੇ ਨੂੰ ਲੈਣਾ ਚਾਹੀਦਾ। ਮੈਨੂੰ ਐਂ ਲੱਗਦਾ ਕਿ ਮੈਂ ਇਹ ਚੀਜ਼ਾਂ ਤੇ, ਚਲੋ ਅੱਜ ਹੋਈਆਂ, ਮੈਂ ਬਹੁਤ ਦੇਰ ਤੋਂ ਸੋਚਦਾ ਇਹ ਚੀਜ਼ਾਂ। ਮਤਲਬ ਤੁਸੀਂ ਸ਼ਾਇਦ ਕਈ ਗਾਣੇ ਵੀ ਮੇਰੇ ਇਦਾਂ ਦੇ ਸੁਣੇ ਹੋਣਗੇ, ਹੱਕ ਦੀ ਕਮਾਈ ਨਾਲ ਪੈਂਦਾ ਨਹੀਂ, ਸਕੂਟਰ 'ਚ ਤੇਲ ਸੱਜਣਾ, ਹੋਈਏ ਰਾਜਨੇਤਾ ਤੇ ਸਵੇਰੇ ਹੀ ਖਰੀਦ ਲਈਏ ਰੇਲ ਸੱਜਣਾ। ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਮੈਂ ਅਬਜ਼ਰਵ ਕਰਦਾ ਆਪਣੇ ਨੇੜੇ ਤੇੜੇ, ਜਿਹੜੀਆਂ ਹੁੰਦੀਆਂ ਪਰ ਹੋਣੀਆਂ ਨਹੀਂ ਚਾਹੀਦੀਆਂ। ਹੁਣ ਅਸੀਂ ਕਈ ਵਾਰੀ ਅਕਸਰ ਹੀ ਗੱਲ ਕਰਦੇ ਹਾਂ ਕਿ ਜਿਹੜੀਆਂ ਚੀਜ਼ਾਂ ਕਦੀ ਫਿਲਮਾਂ 'ਚ ਵੇਖਦੇ ਹੁੰਦੇ ਸੀ, ਉਹ ਚੀਜ਼ਾਂ ਫਿਲਮਾਂ 'ਚ ਵੀ ਕੀ ਉਸ ਤੋਂ ਵੀ ਅੱਗੇ ਲੰਘ ਗਈ ਹੈ ਦੁਨੀਆ, ਜਿਹੜੀਆਂ ਕਦੀ ਮਤਲਬ ਇਮੈਜਿਨ ਵੀ ਨਹੀਂ ਕੀਤੀਆਂ ਹੁੰਦੀਆਂ ਸੀਗੀਆਂ। ਅੱਜ ਤੁਸੀਂ ਦੇਖੋ 6 ਆਪਣਾ ਦੁੱਧ ਪੀਣ ਵਾਲਾ ਨਹੀਂ ਛੱਡਿਆ, ਛੋਟੇ ਛੋਟੇ ਬੱਚੇ ਜੇ ਘਰੇ ਨਵ ਜੰਮੇ ਬੱਚੇ ਜਿਹੜੇ ਉਹਨਾਂ ਨੇ ਦੁੱਧ ਪੀਣਾ ਹੁੰਦਾ ਹੈ ਨਾ, ਸਬਜ਼ੀਆਂ ਖਾਣ ਵਾਲੀਆਂ ਨਹੀਂ ਛੱਡੀਆਂ ਇਨਸਾਨ ਨੇ, ਔਰ ਪੈਸੇ ਦੇ ਪਿੱਛੇ ਰਿਸ਼ਤਾ ਕੋਈ ਨਹੀਂ ਰਿਹਾ, ਛੋਟੀ ਛੋਟੀਆਂ ਬੱਚੀਆਂ ਦੇ ਨਾਲ ਰੇਪ ਹੋ ਰਹੇ ਨੇ। ਮਤਲਬ ਇੰਨਾ ਪਾਪ ਵੱਧ ਗਿਆ, ਮਤਲਬ ਕਾਲੀਯੁੱਗ ਦਾ ਇੰਨਾ ਤਗੜਾ ਪਹਿਰਾ ਲੱਗਿਆ ਹੋਇਆ ਕਿ ਇਹ ਝਟਕਾ ਮੇਰੇ ਖਿਆਲ ਦੇ ਵਿੱਚ ਜ਼ਰੂਰੀ ਸੀ। ਸ਼ਾਇਦ ਮੈਂ ਵੱਡਾ ਬੋਲ ਬੋਲਣਾ ਰਿਹਾ ਹੋਵਾਂ, ਪਰ ਮੈਨੂੰ ਲੱਗਦਾ ਇਹ ਝਟਕਾ ਜ਼ਰੂਰੀ ਸੀਗਾ। ਸ਼ਾਇਦ ਕਿਤੇ ਨਾ ਕਿਤੇ ਇਨਸਾਨ ਨੂੰ ਉਸ ਗੱਲ ਦਾ ਅਹਿਸਾਸ ਹੋਵੇ ਕਿ ਐਂਡ ਆਫ ਦਾ ਟਾਈਮ ਜੇ ਅਸੀਂ ਜਿੰਦਾ ਹਾਂ ਤਾਂ ਸਾਰਾ ਕੁਛ ਹੈ, ਔਰ ਜਿੰਦਾ ਤਾਂ ਹੀ ਰਵਾਂਗੇ ਜੇ ਸ੍ਰਿਸ਼ਟੀ ਦੇ ਰੂਲ ਦੇ ਹਿਸਾਬ ਨਾਲ ਚੱਲਾਂਗੇ ਤਾਂ। ਅੱਛਾ ਪ੍ਰੀਤ ਜੀ, ਇੱਕ ਗੱਲ ਮੈਂ ਹੋਰ ਮਹਿਸੂਸ ਕਰ ਰਿਹਾ ਸੀਗਾ, ਜਦੋਂ ਅਸੀਂ ਇਹਨਾਂ ਦਿਨਾਂ ਦੇ ਵਿੱਚ ਕੁਝ ਨਾ ਕੁਝ ਪੜ੍ਹਦੇ ਹਾਂ, ਵੇਖਦੇ ਹਾਂ, ਲਿਖਦੇ ਹਾਂ, ਸੁਣਦੇ ਹਾਂ, ਸੁਣਾਉਂਦੇ ਹਾਂ, ਜਦੋਂ ਸਾਡੇ ਮੁਲਕ ਤੱਕ ਇਹ ਮਾਮਲੇ ਹਲੇ ਨਹੀਂ ਪਹੁੰਚੇ ਸੀ, ਅਸੀਂ ਕਿਹਾ ਸੀ ਚਲੋ ਠੀਕ ਹੈ ਸਾਡਾ ਮੁਲਕ ਬਚਿਆ ਹੋਇਆ, ਫਿਰ ਅਸੀਂ ਕਿਹਾ ਵੀ ਚਲੋ ਸਾਡਾ ਪੰਜਾਬ ਬਚਿਆ ਹੋਇਆ, ਫਿਰ ਅਸੀਂ ਕਹਿੰਦੇ ਸਾਡਾ ਜ਼ਿਲ੍ਹਾ ਬਚਿਆ ਹੋਇਆ, ਫਿਰ ਅਸੀਂ ਕਿਹਾ ਵੀ ਸਾਡਾ ਗ੍ਰਾਮ ਬਚਿਆ ਹੋਇਆ, ਸਾਡਾ ਨਗਰ ਬਚਿਆ ਹੋਇਆ, ਹਨਾ, ਫਿਰ ਅਸੀਂ ਘਰ ਤੱਕ ਆ ਗਏ। ਮੈਨੂੰ ਐਂ ਲੱਗਦਾ ਵੀ ਬੰਦਾ ਇੰਨਾ ਮਤਲਬੀ ਹੋ ਗਿਆ, ਤੇ ਹੁਣ ਮੈਨੂੰ ਲੱਗਦਾ ਘਰਾਂ ਦੇ ਵਿੱਚ ਵੀ ਇਹ ਕਹਿਣ ਲੱਗ ਪਿਆ ਚਲੋ ਮੈਂ ਬਚਿਆ ਹੋਇਆ। ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਤਸਵੀਰਾਂ ਸਾਹਮਣੇ ਆਈਆਂ, ਤੁਸੀਂ ਖਬਰਾਂ ਵੇਖੀਆਂ ਹੋਣੀਆਂ ਕਿ ਮ੍ਰਿਤਕ ਦੇਹਾਂ ਪਰਿਵਾਰ ਆਪਣੇ ਮੈਂਬਰਾਂ ਦੀ ਲੈਣ ਤੋਂ ਇਨਕਾਰੀ ਹੋ ਗਏ। ਜੀ ਜੀ ਬਿਲਕੁਲ, ਮੈਂ ਉਹੀ ਕਹਿ ਰਿਹਾ ਕਿ ਜੀ ਸੈਲਫਿਸ਼ ਤਾਂ ਅਸੀਂ ਬਹੁਤ ਦੇਰ ਦੇ ਹੀ ਹਾਂ, ਇਹ ਤਾਂ ਚਲੋ ਹੁਣ ਸਾਡੀਆਂ ਜਿਹੜੀਆਂ ਉਹ ਅਸਲੀ ਜਿਹੜੀ ਕਹਿੰਦੇ ਨਾ ਕਰੋਨਾ ਨੇ ਇੱਕ ਚਾਦਰ ਪਾਈ ਦੀ, ਉਹਦੇ ਥੱਲੇ ਸਾਰਾ ਕੁਛ ਪਤਾ ਲੱਗ ਰਿਹਾ ਕਿ ਹਾਂ ਉਹ ਅਸੀਂ ਅਸਲ 'ਚ ਹੈ ਕਿੱਦਾਂ ਦੇ ਹਾਂ। ਮਤਲਬ ਹੀ ਤੇ ਅਸੀਂ ਸ਼ੁਰੂ ਤੋਂ ਹੀ ਹਾਂ, ਬਹੁਤ ਦੇਰ ਤੋਂ ਅਸੀਂ ਦੇਖਦੇ ਆ ਰਹੇ ਹਾਂ ਕਿ ਅਸੀਂ ਕਿਸੇ ਦੀ ਲੋੜ ਪੂਰੀ ਨਹੀਂ ਕਰਨ ਜੋਗੇ ਹੈਗੇ, ਮਤਲਬ ਅਸੀਂ ਕਿਸੇ ਦੀ ਕਾਮਯਾਬੀ ਨੂੰ ਐਪਰੀਸ਼ੀਏਟ ਕਰਨ ਜੋਗੇ ਨਹੀਂ ਹੈਗੇ। ਸੋ ਬਹੁਤ ਸਾਰੀਆਂ ਚੀਜ਼ਾਂ ਨੇ ਇਹੋ ਜਿਹੀਆਂ ਜਿਹੜੀਆਂ ਹੋ ਰਹੀਆਂ ਨੇ ਦੁਨੀਆਂ ਦੇ ਵਿੱਚ, ਪਰ ਅੱਜ ਸਾਡਾ ਉਹ ਪਰਦਾ ਉੱਠਦਾ ਨਜ਼ਰ ਆ ਰਿਹਾ, ਕਿਉਂਕਿ ਆਪਣੀ ਜਿਹੜੀ ਜਾਨ ਆ ਉਹ ਹਰੇਕ ਰਿਸ਼ਤੇਦਾਰ ਨੂੰ, ਕਿ ਆਪਣੇ ਸਾਡੇ ਰਿਸ਼ਤੇਦਾਰ ਇੱਥੇ ਬਹੁਤ ਨੇੜੇ ਰਹਿੰਦੇ ਨੇ, ਤਾਂ ਕੱਲ ਉਹਨਾਂ ਨੂੰ ਹਲਕਾ ਜਿਹਾ ਸ਼ਾਇਦ ਠੰਡ ਨਾਲ ਬੁਖਾਰ ਹੋ ਗਿਆ, ਤੇ ਉਹ ਮੈਂ ਕਿਹਾ ਜੀ ਮੈਂ ਆਉਂਦਾ ਉੱਧਰ, ਕਹਿੰਦੇ ਨਹੀਂ ਨਹੀਂ ਤੁਸੀਂ ਇੱਧਰ ਨਾ ਆਓ, ਬਈ ਪਤਾ ਨੀ ਹੁੰਦਾ ਹੈ ਨਾ ਕੀ। ਫਿਰ ਅੱਜ ਮੈਂ ਉਹਨਾਂ ਨੂੰ ਫੋਨ ਕੀਤਾ, ਕਹਿੰਦੇ ਹੁਣ ਠੀਕ ਆ, ਮੈਂ ਕਿਹਾ ਵੇਖਿਓ ਕਿਤੇ ਹਨਾ, ਉਹ ਕਹਿੰਦੇ ਮੈਂ ਗਿਆ ਹੀ ਨੀ ਕਿਤੇ, ਬਾਹਰ ਹੀ ਨੀ ਗਏ ਅਸੀਂ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵਧੀਆ ਕੀਤਾ ਤੁਸੀਂ ਇਹ ਗੱਲ ਤੋਰ ਲਈ, ਮੈਂ ਨਾ ਇਹ ਗੱਲ ਕਰਨ ਹੀ ਲੱਗਿਆ ਸੀਗਾ ਕਿ ਜਦੋਂ ਕਈ ਵਾਰੀ ਨਾ ਬਹੁਤ ਸਾਡੇ ਇਦਾਂ ਦੇ ਲੋਕ ਨੇ ਮਾੜਾ ਜਾ, ਜਦੋਂ ਖੈਰ ਬਚਾਅ ਤਾਂ ਸਾਨੂੰ ਰੱਖਣਾ ਚਾਹੀਦਾ, ਜਦੋਂ ਥੋੜੀ ਜਿਹੀ ਵੀ ਕੋਈ ਗੱਲ ਹੋਵੇ ਨਾ ਬਹੁਤ ਜਲਦੀ ਢੇਰੀ ਢਾ ਜਾਂਦੇ ਆ, ਉਹਨਾਂ ਨੂੰ ਕੀ ਕਹੋਗੇ? ਉਹਨਾਂ ਨੂੰ ਇਹੀ ਕਹੂੰਗਾ ਕਿ ਦੇਖੋ ਮਾੜਾ ਮੋਟਾ ਹੁਣ ਮੌਸਮ ਚੇਂਜ ਵੀ ਹੋ ਰਿਹਾ, ਜਿਵੇਂ ਖਾਂਸੀ ਜ਼ੁਕਾਮ ਮਾੜਾ ਮੋਟਾ ਚੱਲਦਾ ਵੀ ਰਹਿੰਦਾ, ਹਾਲਾਂਕਿ ਸਿੰਪਟਮਸ ਜਿਹੜੇ ਨੇ ਉਹ ਇਹੀ ਨੇ, ਬੁਖਾਰ ਹੋ ਗਿਆ, ਖਾਂਸੀ ਹੋ ਗਈ, ਪਰ ਜੇ ਤੁਹਾਨੂੰ ਲੱਗਦਾ ਕਿ ਬਹੁਤ ਜ਼ਿਆਦਾ ਹੋ ਰਿਹਾ ਫਿਰ ਤਾਂ ਤੁਸੀਂ ਚੈੱਕਅਪ ਕਰਾਓ, ਘਬਰਾਉਣ ਦੀ ਲੋੜ ਨਹੀਂ ਹੈਗੀ। ਜੋ ਮਹਾਰਾਜ ਨੇ ਲਿਖਿਆ ਜਿੰਨੇ ਸਵਾਸ ਲਿਖੇ ਆ ਉਹਨੇ ਅਸੀਂ ਉਹਨੇ ਮਤਲਬ ਉਹਨੇ ਆਪ ਨੀ ਆਪ ਵੀ ਖੋ ਨਹੀਂ ਸਕਦਾ, ਤੇ ਜੇ ਉਹਨੇ ਜਿੰਨੇ ਲਿਖਿਆ ਤੇ ਉਸ ਤੋਂ ਵਧਾ ਨਹੀਂ ਸਕਦਾ ਹੈ ਨਾ। ਸੋ ਉਹ ਤੇ ਚਲੋ ਬਾਕੀ ਸੇਫਟੀ ਦੇ ਵਿੱਚ ਲਿਖਦੀਆਂ ਨਿਭਣ ਸਿਰਾਂ ਦੇ ਨਾਲ। ਪ੍ਰੀਤਰਪਾਲ ਜੀ, ਅਸੀਂ ਬਚਪਨ ਤੋਂ ਵੇਖਦੇ ਆਉਂਦੇ ਹਾਂ, ਹਰ ਕਿਸੇ ਦਾ ਆਪੋ ਆਪਣਾ ਪਸੰਦੀਦਾ ਕੋਈ ਅਦਾਕਾਰ ਹੁੰਦਾ, ਕੋਈ ਕਲਾਕਾਰ, ਕੋਈ ਫਨਕਾਰ ਹੁੰਦਾ ਹੈ ਨਾ। ਇਸ ਔਖੀ ਘੜੀ ਦੇ ਵਿੱਚ ਮੈਨੂੰ ਲੱਗਦਾ ਸਾਡੀ ਸਦੀ ਦੀ ਸਭ ਤੋਂ ਵੱਡੀ ਮਹਾਂਮਾਰੀ ਹੈ ਇਹ ਸਾਡੇ ਸਮਿਆਂ ਦੀ। ਬਿਲਕੁਲ ਸਹੀ। ਤੇ ਸਭ ਤੋਂ ਵੱਡੇ ਹੀਰੋ ਕਿਹੜੇ ਮੰਨਦੇ ਹੋ? ਇੱਥੇ ਸਾਨੂੰ ਸਭ ਕੁਝ ਦਿਖ ਰਿਹਾ।
मैं सब तो वड्डे हीरो उन्हां नूं मानदा जिहड़े इस वेले अपनी जिंदगी अपनी जान दा परवाह ना करदे होए लोकां दी सेवा च लगे हुए आ। जिहड़े लोक इस वेले जिहड़ा प्रशासन आ खासकर पुलिस वालिआं दी मैं मतलब शलाघा करना चाहुंना, प्रशासन दी शलाघा कर। मैं अपना गुरदासपुर तो मैं बिलोंग करदा, बिल्कुल मैं 3-4 दिन पहलां गुरदासपुर गिआ सी क्योंकि मैनूं अपने पिंड दा थोड़ा जिहा हमेशा ही चिंता रहिंदी आ। ਤੇ ਸਾਡੇ ਪਿੰਡ ਦੇ ਵਿੱਚ ਕੁਝ ਇਦਾਂ ਦੇ ਪਰਿਵਾਰ ਹੈਗੇ ਆ ਜਿਨ੍ਹਾਂ ਨੂੰ ਹਮੇਸ਼ਾ ਲੋੜ ਰਹਿੰਦੀ ਆ, ਲੋੜਵੰਦ ਪਰਿਵਾਰ ਹੈਗੇ 112-14 ਪਰਿਵਾਰ। ਤੇ ਮੈਂ ਸੋਚਿਆ ਕਿ ਥੋੜਾ ਰਾਸ਼ਨ ਇੱਥੋਂ ਲੈ ਜਾਵਾਂ ਤੇ ਮੈਂ ਗਿਆ। ਜਦੋਂ ਤਾਂ ਬਹੁਤ ਸਾਰੇ ਜਿਹੜੇ ਗਵਰਨਮੈਂਟ ਆਫਿਸਰ ਸੀ ਜਿਨ੍ਹਾਂ ਤੇ ਹਮੇਸ਼ਾ ਹੀ ਸਾਡੀ ਸ਼ਿਕਾਇਤ ਰਹਿੰਦੀ ਆ ਲੋਕਾਂ ਦੀ, ਇਹ ਨਹੀਂ ਕਰਦੇ ਐ ਨਹੀਂ ਕਰਦੇ, ਉਹੀ ਲੋਕ ਕੰਮ ਕਰ ਰਹੇ ਨੇ ਆਪਣੇ ਆਫਿਸਰ ਦੇ ਵਿੱਚ, ਹੈ ਨਾ, ਔਰ ਲੋਕਾਂ ਨੂੰ ਮਿਲ ਰਹੇ ਆ। ਜਿਹੜੇ ਲੋਕ ਸੋਸ਼ਲ ਵਰਕਰਸ ਨੇ ਜਿਹੜੇ ਕਰਨਾ ਚਾਹੁੰਦੇ ਆ, ਸੇਵਾ ਕਰਨਾ ਚਾਹੁੰਦੇ ਆ, ਉਹਨਾਂ ਨੂੰ ਅਟੈਂਡ ਕਰਨ ਵਾਸਤੇ ਬੈਠੇ ਆ। ਔਰ ਵੇਖੋ ਆਪਣੇ ਬਾਲ ਬੱਚੇ ਛੱਡ ਕੇ ਉਹ ਬੈਠੇ ਹੋਏ ਨੇ, ਡਾਕਟਰਸ ਹੋ ਗਏ, ਸਹੀ ਹੀਰੋ ਤੇ ਅੱਜ ਦੇ ਟਾਈਮ ਦੇ ਵਿੱਚ ਉਹੀ ਮੈਨੂੰ ਲੱਗਦੇ ਨੇ। ਬਾਕੀ ਜਿਹੜੇ ਲੋਕ ਸਪੋਰਟ ਕਰ ਰਹੇ ਨੇ ਫਾਈਨੈਂਸ਼ਲੀ ਉਹਨਾਂ ਲੋਕਾਂ ਦੀ ਜਿਹਨਾਂ ਨੂੰ ਜ਼ਰੂਰਤ ਹੈ ਮਦਦ ਦੀ, ਉਹਨਾਂ ਦੀ ਜਿਹੜੀ ਫਾਈਨੈਂਸ਼ਲੀ ਸਪੋਰਟ ਕਰ ਰਹੇ ਨੇ, ਉਹ ਮੇਰੇ ਲਈ ਹੀਰੋ ਨੇ ਜੀ। ਜਿਹੜੇ ਜਿਹੜਾ ਮੇਰੇ ਲਈ ਹੀਰੋ ਉਹੀ ਹੈ ਜਿਹੜਾ ਔਖੇ ਵੇਲੇ ਕਿਸੇ ਦੇ ਕੰਮ ਆਵੇ। ਅੱਛਾ, ਮੈਂ ਨਾ ਕਰਨਾ ਨਹੀਂ, ਮੈਂ ਕਰਨਾ ਨਹੀਂ ਚਾਹ ਰਿਹਾ ਸੀ, ਤੁਸੀਂ ਗੱਲ ਛੇੜ ਲਈ। ਮੈਂ ਨਾ ਕਈ ਦਿਨਾਂ ਦਾ ਸੋਚ ਰਿਹਾ ਸੀ, ਬਹੁਤ ਸਾਰੇ ਤੁਹਾਡੇ ਸਾਥੀ ਕਲਾਕਾਰ ਲਗਾਤਾਰ ਜੁੜ ਰਹੇ ਆ, ਮੈਂ ਆਪਣੇ ਆਪ ਨੂੰ ਰੋਕ ਕੇ ਰੱਖ ਰਿਹਾ ਸੀ ਆਹ ਗੱਲ ਨਾ ਕਰੀਏ, ਪਰ ਮੈਂ ਹੁਣ ਮੈਨੂੰ ਲੱਗ ਰਿਹਾ ਪਤਾ ਨਹੀਂ ਤੁਹਾਡੇ ਨਾਲ ਗੱਲ ਕਰਕੇ ਗੱਲ ਕਰ ਲੈਣੀ ਚਾਹੀਦੀ ਹੈ। ਇੱਕ ਨਾ ਮੈਂ ਦੇਖ ਰਿਹਾ ਸੋਸ਼ਲ ਮੀਡੀਆ ਦੇ ਇੱਕ ਜਿਹੜੀ ਵਾਰ ਚੱਲੀ ਹੋਈ ਹੈ, ਇੱਕ ਤਾਂ ਜਿਹੜੇ ਰਾਸ਼ਨ ਵੰਡ ਰਹੇ ਨੇ ਜਥੇਬੰਦੀਆਂ ਨੇ ਲੋਕ ਨੇ ਜਾਂ ਜਿਹੜੇ ਅੱਗੇ ਆ ਰਹੇ ਨੇ, ਇੱਕ ਪਾਸੇ ਤਾਂ ਸ਼ਲਾਘਾ ਹੋ ਰਹੀ ਹੈ, ਦੂਜੇ ਪਾਸੇ ਲੋਕ ਉਹਨਾਂ ਨੂੰ ਨਿੰਦ ਵੀ ਰਹੇ ਨੇ ਕਿ ਸਿਰਫ ਫੋਟੋਆਂ ਖਿਚਾਉਣ ਕਰਕੇ ਹੋ ਰਿਹਾ। ਤੁਹਾਨੂੰ ਲੱਗਦਾ ਵੀ ਇਦਾਂ ਦੀ ਨਿੰਦਣਾ ਭੰਡਣਾ ਜ਼ਰੂਰੀ ਹੈ ਜਾਂ ਉਹ ਦਿਖਾਉਣਾ ਜਿਸ ਤਰੀਕੇ ਦਾ ਉਹ ਸੋਸ਼ਲ ਕਾਜ਼ ਕਰ ਰਹੇ ਆ ਉਹ ਜ਼ਿਆਦਾ ਜ਼ਰੂਰੀ ਆ? ਉਹ ਸੁਭਾਅ ਹੈ ਜੀ ਸਾਡਾ ਨਿੰਦਣਾ, ਕਿਸੇ ਨੂੰ ਵੀ, ਗੁਰੂ ਨਾਨਕ ਪਾਤਸ਼ਾਹ ਨੂੰ ਵੀ ਨਹੀਂ ਲੋਕਾਂ ਨੇ ਛੱਡਿਆ ਨਿੰਦਣ ਦੇ ਟਾਈਮ ਤੇ, ਤਾਂ ਹਨਾ। ਸੋ ਉਹ ਸਾਡੇ ਸਮਾਜ ਦੇ ਵਿੱਚ ਹੈ, ਉਹ ਹਿਊਮਨ ਨੇਚਰ ਆ। ਉਹਨਾਂ ਨੇ ਹਰੇਕ ਬੰਦੇ ਨੂੰ ਉਹਨਾਂ ਨੇ ਨਿੰਦਿਆ ਆ ਹੁਣ ਤੱਕ, ਪਰ ਮੈਨੂੰ ਲੱਗਦਾ ਕਿ ਫੋਟੋ ਖਿਚਾ ਲੈਣੀ ਜਾਂ ਫੋਟੋ ਖਿਚਾ ਕੇ ਪਾਉਣੀ ਮਾਇਨੇ ਨਹੀਂ ਰੱਖਦੀ। ਮਾਇਨੇ ਰੱਖਦਾ ਕਿ ਜੇ ਕੁਛ ਕੋਈ ਦੇ ਰਿਹਾ, ਕਿਸੇ ਨੂੰ ਹੈਲਪ ਦੇ ਰਿਹਾ, ਤਾਂ ਉਹਦੇ ਘਰੇ ਰਾਸ਼ਨ ਜਾ ਰਿਹਾ ਜਾਂ ਉਹਦੇ ਘਰੇ ਪੈਸੇ ਜਾ ਰਹੇ ਨੇ, ਉਹਦੀਆਂ ਲੋੜਾਂ ਜ਼ਰੂਰਤਾਂ ਪੂਰੀਆਂ ਹੋ ਰਹੀਆਂ, ਉਹ ਮੇਰੇ ਖਿਆਲ 'ਚ ਮਾਇਨੇ ਰੱਖਦਾ। ਬਾਕੀ ਜਿਹੜੇ ਕੁਛ ਜ਼ਿੰਦਗੀ ਦੇ ਵਿੱਚ ਹਾਰੇ ਹੋਏ ਲੋਕ ਨੇ, ਉਹੀ ਹਮੇਸ਼ਾ ਨਿੰਦ। ਮਾਫੀ ਚਾਹੁੰਦਾ ਮੈਂ ਰੋਕ ਰਿਹਾ, ਪਰ ਇੱਕ ਇਹ ਵੀ ਗੱਲ ਆ ਨਾ, ਦੇਖੋ ਸਭ ਤੋਂ ਔਖਾ ਕੰਮ ਹੈ ਮੰਗ ਕੇ ਖਾਣਾ, ਕਿਸੇ ਦਾ ਵੀ ਹੱਥ ਅੱਡਣ ਨੂੰ ਜੀ ਨਹੀਂ ਕਰਦਾ, ਹਨਾ। ਤੇ ਅਸੀਂ ਉਹਨੂੰ ਆਪਣੀ ਇੱਕ ਵਾਹਵਾ ਖੱਟਣ ਲਈ, ਆਪਣੀ ਇੱਕ ਪਹੁੰਚ ਬਣਾਉਣ ਦੇ ਲਈ ਅਸੀਂ ਫੋਟੋਆਂ ਖਿਚਾ ਕੇ ਉਹਨੂੰ ਦੁਨੀਆਂ ਦੇ ਵਿੱਚ ਇਦਾਂ ਫੈਲਾ ਦਿੰਦੇ ਆ, ਉਹ ਵੀ ਕਿੱਡੀ ਮਾੜੀ ਗੱਲ ਹੈ ਵੈਸੇ ਜੇ ਦੇਖਿਆ ਜਾਵੇ। ਉਹ ਮੰਗ ਨਹੀਂ ਰਹੇ, ਉਹਨਾਂ ਨੇ ਕਿਸੇ ਤੋਂ ਨਹੀਂ ਮੰਗਿਆ। ਉਹਨਾਂ ਨੇ ਜਿਹੜੇ ਲੋਕ ਮਤਲਬ ਮਦਦ ਹਮੇਸ਼ਾ ਹੀ ਕਰਦੇ ਰਹਿੰਦੇ ਨੇ, ਉਹ ਉਹਨਾਂ ਲੋਕਾਂ ਦੀ ਆਪ ਜਾ ਕੇ ਮਦਦ ਕਰ ਰਹੇ ਹਨਾ। ਔਰ ਮੈਨੂੰ ਲੱਗਦਾ ਕਿ ਇਹਦੇ ਨਾਲ ਪ੍ਰੇਰਣਾ ਵੀ ਮਿਲਦੀ ਹੈ। ਜਿਹੜੇ ਕਈ ਲੋਕ ਸੋਚਦੇ ਨੇ ਘਰਾਂ 'ਚ ਬਹਿ ਕੇ ਕਿ ਯਾਰ ਮੈਂ ਜਾਵਾਂ ਕਿ ਨਾ ਜਾਵਾਂ, ਜਦੋਂ ਕੋਈ ਇੱਕ ਸੈਲੀਬ੍ਰਿਟੀ ਬੰਦਾ ਜਾਂ ਫਿਰ ਕੋਈ ਸੋਸ਼ਲ ਵਰਕਰ ਜਾ ਕੇ ਇੱਦਾਂ ਦਾ ਕੰਮ ਕਰਦਾ, ਔਰ ਉਹਦੀਆਂ, ਕਿਉਂਕਿ ਅੱਜ ਦੇਖੋ ਅੱਜ ਤੁਹਾਡਾ ਯੁੱਗ ਜਿਹੜਾ ਉਹ ਪੂਰਾ ਸੋਸ਼ਲ ਮੀਡੀਆ ਦੇ ਨਾਲ ਅਟੈਚਡ ਹੋ ਗਿਆ। ਅੱਜ ਦਾ ਯੁੱਗ ਹੀ ਸੋਸ਼ਲ ਮੀਡੀਆ ਆ, ਹਨਾ। ਸੋ ਸੋਸ਼ਲ ਮੀਡੀਆ ਦੇ ਥਰੂ ਹੀ ਤੁਸੀਂ ਆਪਣਾ ਚੰਗਾ ਕੰਮ ਜਿਹੜਾ ਆ ਉਹ ਲੋਕਾਂ ਤੱਕ ਲੈ ਕੇ ਜਾ ਸਕਦੇ ਹੋ। ਉਹ ਜਿਹੜਾ ਕੋਈ ਇਦਾਂ ਦਾ ਕੰਮ ਕਰਦਾ ਉਹਦੇ ਨਾਲ ਉਹਨੂੰ ਬਲ ਮਿਲਦਾ ਹੈ, ਉਹਦੇ ਨਾਲ ਦੂਜੇ ਨੂੰ ਵੀ ਹੌਸਲਾ ਮਿਲਦਾ ਕਿ ਮੈਂ ਵੀ ਬਾਹਰ ਨਿਕਲਾਂ। ਮੈਂ ਇੱਥੇ ਜ਼ਿਕਰ ਕਰਨਾ ਚਾਹਾਂਗਾ, ਮੈਂ ਸਲਮਾਨ ਖਾਨ ਦਾ ਬਹੁਤ ਵੱਡਾ ਫੋਲੋਅਰ ਆ, ਹਨਾ। ਹੁਣ ਮੈਂ ਚਾਹੁੰਦਾ ਕਿ ਮੈਂ ਉਦਾਂ ਦਾ ਇਨਸਾਨ ਬਣਾ ਜਿਹੜਾ ਧਰਮ ਨੂੰ ਨਹੀਂ ਮੰਨਦਾ, ਜਿਹੜਾ ਹਰੇਕ ਬੰਦੇ ਦੀ ਅੱਗੇ ਹੋ ਕੇ ਹੈਲਪ ਕਰਦਾ ਜਾਂ ਮਦਦ ਕਰਦਾ। ਜੇ ਉਹ ਲੋਕਾਂ ਤੱਕ ਚੀਜ਼ਾਂ ਪਹੁੰਚਣ ਨਾ, ਤੇ ਲੋਕੀ ਕਿਵੇਂ, ਜਿਹੜੇ ਹੁਣ ਜਿਹੜੇ ਲੋਕ ਸਾਨੂੰ ਫੋਲੋ ਕਰਦੇ ਨੇ, ਜੇ ਮੈਂ ਕੋਈ ਚੰਗਾ ਕੰਮ, ਜੇ ਉਹ ਸਾਨੂੰ ਮਾੜੇ ਕੰਮ ਲਈ ਫੋਲੋ ਕਰ ਸਕਦੇ ਨੇ, ਮਾੜਾ ਗੀਤ ਗਾਉਣ ਲਈ ਫੋਲੋ ਕਰ ਸਕਦੇ ਨੇ ਜਾਂ ਸਾਨੂੰ ਇਲਜ਼ਾਮ ਦੇ ਸਕਦੇ ਨੇ, ਤੇ ਫਿਰ ਸਾਡੇ ਚੰਗੇ ਕੰਮ ਨੂੰ ਕਿਉਂ ਨੀ ਉਹ ਐਪਰੀਸ਼ੀਏਟ ਕਰਨਗੇ ਜਾਂ ਸਾਡੇ ਚੰਗੇ ਕੰਮ ਨੂੰ ਕਿਉਂ ਨੀ ਫੋਲੋ ਕਰਨਗੇ? ਜੇ ਮੈਂ ਮੰਨ ਲਓ ਮੇਰੀਆਂ ਫੋਟੋਆਂ 4 ਵਾਇਰਲ ਹੋ ਗਈਆਂ ਜਾਂ ਮੇਰੇ ਵੀਡੀਓ ਵਾਇਰਲ ਹੋ ਗਏ ਕੁਛ ਚੰਗਾ ਕੰਮ ਕਰਦੇ, ਤੇ ਹੋ ਸਕਦਾ 10 ਬੰਦੇ ਉਹਦੀ ਨਿੰਦਿਆ ਕਰਨ ਤੇ 20 ਬੰਦੇ ਉਹਦੇ ਵੱਲ ਵੇਖ ਕੇ ਤਾਂ ਉਹ ਸੇਮ ਕੰਮ ਕਰਨਾ ਸ਼ੁਰੂ ਕਰ ਦੇਣ। ਤਾਂ ਮੈਨੂੰ ਲੱਗਦਾ ਇਹਦੇ ਵਿੱਚ ਕੋਈ ਉਹ ਨਹੀਂ ਹੈਗੀ ਕਿ ਹਾਂ ਯਾਰ ਫੋਟੋਆਂ ਪੈ ਗਈਆਂ, ਜਾਂ ਮੈਨੂੰ ਲੱਗਦਾ ਕਿ ਜ਼ਿਆਦਾ ਮਾਇਨੇ ਇਹ ਰੱਖਦੀ ਹੈ ਚੀਜ਼ ਕਿ ਕਿਸੇ ਦੀ ਜ਼ਰੂਰਤ ਪੂਰੀ ਹੋ ਰਹੀ ਹੈ, ਚਾਹੇ ਕੋਈ ਵੀਡੀਓ ਪਾ ਰਿਹਾ ਫੋਟੋਆਂ ਪਾ ਰਿਹਾ, ਮੈਨੂੰ ਲੱਗਦਾ ਕਿ ਬਹੁਤ ਵੱਡੀ ਡੀਲ ਹੈ। ਚਲੋ ਆਪਾਂ ਇਸ ਗੱਲ ਨੂੰ ਲੋਕਾਂ ਦੇ ਹਾਲ ਛੱਡਦੇ ਆ ਵੀ ਹਰੇਕ ਦੀ ਆਪੋ ਆਪਣੀ ਸੋਚ ਦੇ ਉੱਤੇ ਛੱਡਦੇ ਆ, ਮੈਂ ਇੱਕ ਥੋੜਾ ਜਿਹਾ ਮਨੋਰੰਜਨ ਵਾਲੇ ਪਾਸੇ ਲੈ ਕੇ ਚੱਲਦੇ ਆ। ਕੋਈ ਗੀਤ ਇਦਾਂ ਦਾ ਚੇਤੇ ਆਇਆ ਹੋਵੇ, ਲਿਖਿਆ ਹੋਇਆ ਜਾਂ ਕਿਸੇ ਨੂੰ ਦਿੱਤਾ ਹੋਇਆ ਜਾਂ ਖੁਦ ਗਾਇਆ ਹੋਇਆ ਕਿਸੇ ਦਾ ਗਾਇਆ ਹੋਇਆ, ਵੀ ਜਿਹੜਾ ਅੱਜ ਹਾਲਾਤ ਨੂੰ ਢੁੱਕ ਰਿਹਾ, ਇੱਕ ਤਾਂ ਤੁਸੀਂ ਸ਼ੁਰੂਆਤ ਦੇ ਵਿੱਚ ਦੱਸਿਆ ਗੁਣਗੁਣਾਇਆ, ਕੋਈ ਹੋਰ? ਜੀ ਇਦਾਂ ਦਾ ਮੇਰੇ ਕੋਲ ਇੱਕ ਗਾਣਾ ਯਾਦ ਆਉਂਦਾ, ਬਹੁਤ ਪਹਿਲਾਂ ਮੈਂ ਲਿਖਿਆ ਸੀਗਾ।
ਗ੍ਰੰਥਾਂ ਵਿੱਚ ਨਿਕਲਣ ਮੋਰੀਆਂ ਜਦ ਗੁਰੂ ਘਰਾਂ ਚ ਹੋਵਣ ਚੋਰੀਆਂ ਜਦ ਬਿਨ ਮੱਥਾ ਟੇਕੇ ਲੈ ਕਿਰਪਾਨਾਂ ਜਦ ਦੁਨੀਆ ਗੁਰੂ ਘਰ ਵੜ ਜਾਵੇ ਤੇ ਸਮਝੋ ਅੰਤ ਆ ਗਿਆ ਦੁਨੀਆਂ ਦਾ ਅੰਤ ਆ ਗਿਆ ਦੁਨੀਆਂ ਦਾ ਜਿਸ ਦੇਸ਼ ਬੰਦਿਆਂ ਤੋਂ ਜ਼ਿਆਦਾ ਡੰਗਰਾਂ ਦਾ ਸਤਿਕਾਰ ਹੋਵੇ ਹਰ ਪਾਸੇ ਬੰਦੇ ਵੱਡੇ ਜਾਣ ਚਾਰੇ ਪਾਸੇ ਹਾਹਾਕਾਰ ਹੋਵੇ। ਸੋ ਏਦਾਂ ਦੀਆਂ ਲਾਈਨਾਂ ਮੈਂ ਬਹੁਤ ਟਾਈਮ ਪਹਿਲਾਂ ਲਿਖੀਆਂ ਸੀਗੀਆਂ, ਹੁਣ ਮੇਰੇ ਕੁਛ ਯਾਦ ਵੀ ਨਹੀਂ ਗਿਆ, ਤੇ ਏਦਾਂ ਦੀ ਮੈਂ ਚੀਜ਼ਾਂ ਲਿਖਦਾ ਰਹਿੰਦਾ ਜਿਹੜੀਆਂ ਓਬਜ਼ਰਵ ਕਰਦਾ ਆਪਣੇ ਆਲੇ ਦੁਆਲੇ ਬਹੁਤ ਸਾਰੀਆਂ ਏਦਾਂ ਦੀਆਂ ਚੀਜ਼ਾਂ। ਲਿਖਣ ਪਹਿਲਾਂ ਲੱਗੇ ਕਿ ਗਾਉਣ ਪਹਿਲਾਂ ਲੱਗੇ? ਦੋਨੋਂ ਚੀਜ਼ਾਂ ਇਕੱਠੀਆਂ ਸੀ ਜੀ, ਜਿਹੜਾ ਲਿਖ ਲੈਂਦਾ ਰਿਹਾ ਉਹੀ ਮੈਂ ਗਾ ਲੈਂਦਾ ਰਿਹਾ। ਲਿਖਣ ਦੀ ਚੇਟ ਕਿੱਥੋਂ ਲੱਗੀ, ਵੀ ਕਿੱਥੋਂ ਲੱਗਿਆ ਕਿ ਯਾਰ ਨਹੀਂ ਆ ਮੈਨੂੰ ਲਿਖਣਾ ਚਾਹੀਦਾ ਜਾਂ ਪਤਾ ਲੱਗਿਆ ਵੀ ਮੈਂ ਲਿਖ ਸਕਦਾ? ਇਹਦਾ ਜਵਾਬ ਸੱਚੀ ਭਾਜੀ ਮੇਰੇ ਕੋਲ ਵੀ ਨਹੀਂ ਹੈਗਾ, ਕਿਉਂਕਿ ਮੈਨੂੰ ਲੱਗਦਾ ਕਿ ਜਦੋਂ ਨਾ ਛੋਟੇ ਹੁੰਦਿਆਂ ਮੇਰੇ ਨਾਨਾ ਜੀ ਕੋਲ, ਕਿਉਂਕਿ ਅਸੀਂ ਆਪਣੇ ਨਾਨਕੇ ਪਿੰਡ ਰਹੇ ਹਾਂ ਤੇ ਨਾਨਾ ਜੀ ਨਾਲ ਮੇਰਾ ਜ਼ਿਆਦਾ ਸਾਥ ਰਿਹਾ, ਤੇ ਨਾਨਾ ਜੀ ਕੋਲ ਉਹ ਪੂਰਨ ਭਗਤ ਹੋਣਾ ਦੇ ਕਿੱਸੇ ਜਾਂ ਫਿਰ ਉਹ ਪੁਰਾਣੀਆਂ ਜਿਹੜੀਆਂ ਕਹਾਣੀਆਂ ਬਾਤਾਂ ਜਿਹਨਾਂ ਨੂੰ ਕਹਿੰਦੇ ਆ ਉਹ ਸੁਣਾਉਂਦੇ ਹੁੰਦੇ ਸੀਗੇ, ਤੇ ਉਹ ਚੀਜ਼ਾਂ ਮੈਂ ਲਿਖ ਲੈਂਦਾ ਰਿਹਾ। ਬਹੁਤ ਛੋਟਾ ਹੁੰਦਾ ਸੀ, ਉਦੋਂ ਪਤਾ ਵੀ ਨਹੀਂ ਹੁੰਦਾ ਸੀ ਗਾਣਾ ਕੀ ਹੁੰਦਾ ਆ, ਤੇ ਮੈਨੂੰ ਲੱਗਦਾ ਉਹ ਹੌਲੀ 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 ਉਹ ਜਿਹੜੀ ਚੇਟ ਕਿੱਥੋਂ ਆਈ ਕਿਵੇਂ ਆਈ ਇਹ ਮੈਨੂੰ ਨਹੀਂ ਪਤਾ, ਕਿਉਂਕਿ ਸਾਡੇ ਘਰ ਦੇ ਵਿੱਚ ਕੋਈ ਵੀ ਮਿਊਜ਼ਿਕ ਦੇ ਨਾਲ ਜਾਂ ਇਸ ਕਿੱਤੇ ਦੇ ਨਾਲ ਪੜ੍ਹਨ ਦਾ ਸ਼ੌਕ ਰੱਖਦੇ ਹੋ? ਬੰਦਾ ਨਹੀਂ, ਬਿਲਕੁਲ ਵੀ ਨਹੀਂ। ਮੈਂ ਤੁਸੀਂ ਹੈਰਾਨ ਹੋਵੋਗੇ ਅੱਜ ਤੱਕ, ਮੈਨੂੰ ਮੇਰਾ ਮੰਨਣਾ ਇਹ ਆ, ਹਰੇਕ ਬੰਦੇ ਦਾ ਆਪਣਾ ਨਜ਼ਰੀਆ ਹੁੰਦਾ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਪਰ ਮੈਂ ਕਿਤਾਬਾਂ ਨਹੀਂ ਪੜ੍ਹਦਾ। ਮੈਨੂੰ ਐਂ ਲੱਗਦਾ ਕਿ ਜੇ ਮੈਂ ਕਿਤਾਬਾਂ ਪੜ੍ਹੂੰਗਾ ਤੇ ਕਿਤਾਬਾਂ ਦੀ ਸੋਚ ਜਿਹੜੀ ਆ ਉਹ ਮੇਰੇ ਗੀਤਾਂ 'ਚ ਆਊਗੀ, ਕਿਸੇ ਦੀ ਲਿਖੀ ਹੋਈ ਸੋਚ ਨੂੰ ਮੈਂ ਕਿਤਾਬ ਆਪਣੇ ਗਾਣਿਆਂ 'ਚ ਲਿਖੂੰਗਾ। ਮੈਨੂੰ ਲੱਗਦਾ ਕਿ ਮੈਨੂੰ ਆਪਣੀ ਸੋਚ ਹੀ ਲੋਕਾਂ ਤੱਕ ਲੈ ਕੇ ਜਾਣੀ ਚਾਹੀਦੀ ਹੈ, ਚਾਹੇ ਜਿੱਦਾਂ ਦੀ ਵੀ ਆ। ਸੋ ਇਹ ਸਨ ਪ੍ਰੀਤ ਹਰਪਾਲ ਜੋ ਸਾਡੇ ਨਾਲ ਇਸ ਵੇਲੇ ਗੱਲਬਾਤ ਕਰ ਰਹੇ ਸੀ, ਆਪਣੀ ਜ਼ਿੰਦਗੀ ਦੇ ਜਿਹੜੇ ਨਿੱਜੀ ਰੁਝੇਵੇਂ ਸੀ ਉਹਨਾਂ ਦੀ ਸਾਂਝ ਜਿਹੜੀ ਹੈ ਤੁਹਾਡੇ ਨਾਲ ਪਾ ਰਹੇ ਸੀ, ਕਿਸ ਤਰੀਕੇ ਨਾਲ ਰੋਜ਼ਮਰਾ ਦਾ ਜਿਹੜਾ ਉਹਨਾਂ ਦਾ ਕੰਮ ਕਾਰ ਰਹਿੰਦਾ, ਕਿਸ ਤਰੀਕੇ ਦੇ ਨਾਲ ਵਿਚਰਦੇ ਨੇ, ਕਿਸ ਤਰੀਕੇ ਦੀ ਮਸਰੂਫੀਅਤ ਰਹਿੰਦੀ ਹੈ, ਔਰ ਕਿਵੇਂ ਲਿਖਣਾ ਅਤੇ ਗਾਉਣਾ ਸ਼ੁਰੂ ਕੀਤਾ, ਔਰ ਕਿਸ ਤਰੀਕੇ ਦੇ ਨਾਲ ਕਾਦਰ ਦੀ ਕੁਦਰਤ ਜਿਹੜੀ ਹੈ ਬੰਦੇ ਨਾਲ ਸਾਰਾ ਹਿਸਾਬ ਕਿਤਾਬ ਕਰਦੀ ਹੈ, ਸਾਰੀ ਗੱਲਬਾਤ ਕਰ ਰਹੇ ਸੀ, ਔਰ ਉਮੀਦ ਹੈ ਕਿ ਗੱਲਬਾਤ ਤੁਹਾਨੂੰ ਪਸੰਦ ਹੋਏਗੀ। ਹੋਰ ਕਿਸੇ ਅਦਾਕਾਰ ਨਾਲ, ਕਲਾਕਾਰ, ਫਨਕਾਰ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ, ਉਦੋਂ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।